ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੱਥੇ ਆਏ ਹੋਏ ਸਾਰੇ ਮਹਿਮਾਨਾਂ ਦਾ ਵੀ, ਨਾਲ ਦੀ ਨਾਲ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ, ਫਰਿਜ਼ਨੋ ਦੇ ਸ਼ਿਕਾਗੋ 'ਚ ਪੀਜ਼ਾ ਵੇਅਰ ਦੇ ਟਵਿਸਟ ਦੇ ਵਿੱਚੋਂ ਪ੍ਰੋਗਰਾਮ ਅੱਜ ਦਾ ਜਿਹੜਾ ਲਾਈਵ ਕੀਤਾ ਜਾ ਰਿਹਾ। ਮੇਰੇ ਨਾਲ ਹੋਰ ਮਹਿਮਾਨ ਜੁੜੇ ਨੇ। ਮਹਿਮਾਨ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਕ ਇਹ ਪ੍ਰਮੋਸ਼ਨਲ ਅਸੀਂ ਕਹਿ ਸਕਦੇ ਟੂਰ ਸਾਡਾ ਹੈਗਾ, ਪ੍ਰਮੋਸ਼ਨਲ ਸ਼ੋਅ ਵੀ ਹੈਗਾ, ਕਿਉਂਕਿ ਸ਼ਿਕਾਗੋ 'ਚ ਪੀਜ਼ਾ ਬਹੁਤ ਜ਼ਿਆਦਾ ਦੇਰ ਨਹੀਂ ਹੋਈ, ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਉੱਚਾ ਮੁਕਾਮ ਇਹਨੇ ਹਾਸਲ ਕੀਤਾ। ਅਤੇ ਜੀ ਪੱਡਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਡਾ ਵੈਲਕਮ ਹੈ ਜੀ। ਇੱਕ ਵਾਰੀ ਆਪਾਂ ਪਿੱਛੇ ਲਾਸਟ ਵੀਕ ਕੀਤਾ ਸੀ ਤੁਹਾਡਾ ਵੈਲਕਮ, ਹੁਣ ਤੁਹਾਡਾ ਵੈਲਕਮ ਹੋਇਆ ਸੀ, ਹੁਣ ਆਪਾਂ ਜ਼ਿਆਦਾ ਕਿਉਂਕਿ ਤੁਸੀਂ ਹੁਣ ਸਾਡੇ ਟਾਊਨ 'ਚ ਆਏ ਨਾ, ਹਾਂਜੀ, ਇਸ ਕਰਕੇ ਤੁਹਾਡਾ ਮੋਸਟ ਵੈਲਕਮ ਜੀ। ਇੱਧਰ ਜਿਹੜੇ ਭਾਈ ਸਾਹਿਬ ਬੈਠੇ ਨੇ, ਰਜੇਸ਼ ਰਾਜੂ ਜੀ ਨੇ, ਔਰ ਸਾਰਿਆਂ ਵਾਸਤੇ ਤਾੜੀਆਂ ਬਣਦੀਆਂ। ਇਹਨਾਂ ਦੇ ਵਿੱਚ ਇੱਕ ਵੱਖਰੀ ਕਲਾ ਛੁਪੀ ਹੋਈ ਹੈ ਜਿਹੜੀ ਤੁਹਾਡੇ ਸਾਹਮਣੇ ਪੇਸ਼ ਵੀ ਕਰਨੀ ਹੈ। ਸੋ ਸਾਰੇ ਤਾੜੀਆਂ ਮਾਰ ਦਿਓ ਸਾਰਿਆਂ ਵਾਸਤੇ। ਅੱਛਾ ਰਜੇਸ਼ ਜੀ, ਮੈਨੂੰ ਪਤਾ ਲੱਗਿਆ ਤੁਹਾਨੂੰ ਗਾਉਣ ਦੀ ਸ਼ਿਕਾਇਤ ਰਹਿੰਦੀ, ਜਦੋਂ ਦਾ ਡਾਕਟਰ ਨੇ ਦੱਸਿਆ ਭਾਜੀ ਉਦੋਂ ਕੁ ਤਾਈਂ ਇਲਾਜ ਨਹੀਂ ਕਰਵਾਇਆ ਕੋਈ, ਤਾਂ ਪਹਿਲਾਂ ਠੀਕ ਸੀਗਾ ਸਾਰਾ ਕੁਝ, ਆਪ ਹੀ ਕਰ ਲਈਦਾ ਇਲਾਜ। ਨਹੀਂ ਤੁਸੀਂ ਬਹੁਤ ਵਧੀਆ ਤੁਸੀਂ ਗਾਉਂਦੇ ਹੋ, ਆਪਾਂ ਪਹਿਲਾਂ ਵੀ ਮਿਲਣ ਦਾ ਮੌਕਾ ਮਿਲਿਆ, ਅਤੇ ਪਹਿਲਾਂ ਥੋੜ੍ਹੇ ਜਿਹਾ ਆਪਾਂ ਤਜੀ ਭਾਈ ਤੁਹਾਡੇ ਨਾਲ ਬਾਅਦ 'ਚ ਆਉਂਦੇ ਹਾਂ। ਕਦੋਂ ਕਦੋਂ ਹੈਗਾ ਇਹ ਸ਼ੌਕ ਗਾਉਣ ਦਾ? ਬਸ ਜਦੋਂ ਕਦੀ ਹੋਸ਼ ਸੰਭਾਲੀ ਭਾਜੀ। ਹੋਸ਼ ਕਦੋਂ ਸੰਭਾਲੀ ਸੀ? ਜਦੋਂ ਆ ਗਈ ਸੀ। ਅਤੇ ਕਿਹਨੂੰ ਪਹਿਲਾਂ ਪਤਾ ਲੱਗਿਆ ਵੀ ਰਜੇਸ਼ ਗਾਉਂਦਾ, ਘਰਦਿਆਂ ਨੂੰ ਰਜੇਸ਼ ਨੂੰ? ਇਹ ਤਾਂ ਲੋਕ ਹੀ ਦੱਸਦੇ ਆ ਭਾਜੀ ਫਿਰ। ਅੱਛਾ ਅੱਛਾ, ਕਿਸ ਤਰ੍ਹਾਂ ਦਾ ਰੰਗ ਤੁਹਾਡਾ ਹੈ ਗਾਇਕੀ ਦਾ ਰੰਗ, ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਗਾਉਣਾ, ਜਾਂ ਕਿਸ ਤਰ੍ਹਾਂ ਦਾ ਲੋਕ ਪਸੰਦ ਕਰਦੇ ਨੇ ਤੁਹਾਡੀ ਗਾਇਕੀ ਨੂੰ? ਭਾਅ ਜੀ ਪੰਜਾਬੀ ਫੋਕ ਮੈਂ ਜਿੱਦਾਂ ਸ਼ੁਰੂ ਤੋਂ ਗਾਉਂਦਾ ਸਕੂਲ ਕਾਲਜ ਤੋਂ। ਭਾਅ ਜੀ ਮੈਨੂੰ ਡਰਾਓ ਨਾ, ਤੁਸੀਂ ਸੁਣਾ ਦਿਓ। ਨਹੀਂ ਨਹੀਂ ਡਰਾਉਣਾ ਭਾਅ ਜੀ ਕਾਹਨੂੰ ਆ, ਨਹੀਂ ਸੁਣਾਓ ਸੁਣਾਓ। ਠੀਕ ਹੈ, ਵੈਲਕਮ ਭਾਜੀ ਸਾਰਿਆਂ ਨੂੰ। ਜੱਗੀ ਭਾਜੀ ਪਹਿਲਾਂ ਤਾਂ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਕਲੋਵਿਸ ਕੈਲੀਫੋਰਨੀਆ ਫ੍ਰੈਜ਼ਨੋ ਵਿੱਚ ਆਏ, ਇਹਦਾ ਜੀ ਆਇਆ, ਅਤੇ ਆਪ ਸਭ ਦਾ ਜਿੰਨੇ ਵੀ ਇੱਥੇ ਤੁਸੀਂ ਚੱਲ ਕੇ ਆਇਓ। ਅਤੇ ਇੱਕ ਦੋ ਲਾਈਨਾਂ ਮੈਂ ਆਪਣੇ ਦੋਸਤ ਦੀਆਂ ਆਪਦੀ ਨਜ਼ਰ ਕਰਨ ਜਾ ਰਿਹਾ, ਆਪਣੇ ਚੰਗੇ ਦੋਸਤਾਂ ਦੇ ਨਾਂ। ਤੇਜੀ ਭਾਅ ਜੀ, ਆਪਣੇ ਹਰਪ੍ਰੀਤ ਭਾਅ ਜੀ ਹੋ ਗਏ, ਸਾਡੇ ਸਾਰੇ ਦੋਸਤ ਮਾਈਕਲ, ਅਤੇ ਦੋ ਲਾਈਨਾਂ ਉਸ ਤੋਂ ਬਾਅਦ ਫਿਰ ਆਪਾਂ ਭਾਅ ਜੀ ਜ਼ਿਆਦਾ ਨਹੀਂ ਮੈਂ ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ, ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ, ਸਾਰੀ ਉਮਰ ਜੋ ਨਿਭ ਜਾਣ ਰਿਸ਼ਤੇ ਚਾਰ ਬਣਾ ਲਈਏ, ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ, ਧੀ ਤੇ ਪੁੱਤਰ ਦੋਵੇਂ ਰੱਬ ਦੀਆਂ ਦਾਤਾਂ ਨੇ ਸੱਜਣਾ, ਧੀ ਤੇ ਪੁੱਤਰ ਦੋਵੇਂ ਰੱਬ ਦੀਆਂ ਦਾਤਾਂ ਨੇ ਸੱਜਣਾ, ਜੋ ਵੀ ਸਤਿਗੁਰ ਦੇਵੇ ਉਸਦਾ ਸ਼ੁਕਰ ਮਨਾ ਲਈਏ, ਜੋ ਵੀ ਸਤਿਗੁਰ ਦੇਵੇ ਉਸਦਾ ਸ਼ੁਕਰ ਮਨਾ ਲਈਏ, ਸਾਰੀ ਉਮਰ ਜੋ ਨਿਭ ਜਾਣ ਰਿਸ਼ਤੇ ਚਾਰ ਬਣਾ ਲਈਏ, ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ, ਦਿਲ ਦਾ ਹੋਵੇ ਚੰਗਾ ਬੰਦਾ ਯਾਰ ਬਣਾ ਲਈਏ। ਬਹੁਤ ਵਧੀਆ, ਕੀ ਕਿਹਨਾਂ ਦਾ ਲਿਖਿਆ ਹੋਇਆ ਗੀਤ ਇਹ? ਬਹੁਤ ਵਧੀਆ, ਮੇਰੇ ਵੀਰ ਸੁਖਵੀਰ ਸੁੱਖ ਦਾ ਲਿਖਿਆ ਗੀਤ, ਬਹੁਤ ਸੋਹਣੀ ਸ਼ਬਦਾਵਲੀ। ਮਿਹਰਬਾਨੀ ਸਰ, ਉਸ ਤੋਂ ਵਧੀਆ ਤੁਹਾਡੀ ਆਵਾਜ਼। ਇਹ ਰਿਕਾਰਡ ਹੋਇਆ ਗੀਤ? ਥੈਂਕ ਯੂ ਸਰ। ਹਾਂਜੀ, ਰਿਕਾਰਡ ਸੁਖਵੀਰ ਨੇ ਕਰਾਇਆ ਸੀਗਾ ਭਾਜੀ, ਬਹੁਤ ਵਧੀਆ। ਔਰ ਠੀਕ, ਪੀਜੇ ਦੀ ਵੀ ਗੱਲ ਕਰਦੇ ਹਾਂ? ਕਰਦੇ ਹਾਂ ਸਰ। ਹਾਂਜੀ ਹਾਂਜੀ, ਤੇਜੀ ਹਾਂਜੀ ਭਾਜੀ, ਕਿਵੇਂ ਲੱਗ ਰਿਹਾ ਸਰ? ਇੱਥੇ ਫਰੈਜ਼ਨੋ ਦੇ ਵਿੱਚ ਕਿਹੜੀ ਕਿਹੜੀ ਲੋਕੇਸ਼ਨ ਨੇ? ਫਰੈਜ਼ਨੋ 'ਚ ਆਪਣੇ ਕੋਲ ਜਿੱਦਾਂ ਦੋ ਲੋਕੇਸ਼ਨਾਂ ਆਲਰੇਡੀ ਓਪਨ ਆ, ਸੋ ਇੱਕ ਕਿੰਗਸ ਕੈਨੀ ਨਾਲ ਹੀ ਹੋ ਗਈ, ਇੱਕ ਸ਼ਾਹ ਐਂਡ ਮਾਰਕ ਦੇ ਉੱਤੇ ਆ, ਅਤੇ ਤੀਜੀ ਲੋਕੇਸ਼ਨ ਸਾਡੀ ਕਲੋਵਸ ਸਿਟੀ ਦੇ ਵਿੱਚ, ਇਟਸ ਔਨ ਕਲੋਵਸ ਐਂਡ ਹਰਿੰਡਨ, ਜਲਦੀ ਆ ਰਹੀ ਹੈ ਉਹ, ਆਪਣੇ ਰਜੇਸ਼ ਭਾਅ ਜੀ ਉਹਦੇ ਵਿੱਚ ਪਾਰਟਨਰ ਆ, ਅਤੇ ਨਾਲ ਆਪਣੇ ਸਨੀ ਬਦਲ ਹੋਣੀ ਹੈ, ਸਾਰੇ ਜਾਣੇ ਓਪਨ ਕਰ ਰਹੇ। ਹਾਂਜੀ, ਥਰਡ ਲੋਕੇਸ਼ਨ ਜਿਹੜੀ ਹੈ। ਵੈਰੀ ਗੁੱਡ, ਵੈਰੀ ਗੁੱਡ। ਅਤੇ ਤੁਸੀਂ ਪੀਜ਼ਾ ਦੇ ਕੰਮ 'ਚ ਪਹਿਲੀ ਵਾਰ ਐਂਟਰ ਕੀਤੇ ਪਹਿਲਾਂ ਵੀ ਇਹੀ ਹੈ? ਨਹੀਂ ਭਾਅ ਜੀ, ਪਹਿਲੀ ਵਾਰੀ। ਪਹਿਲਾਂ ਕੀ ਸ਼ੁਗਲ ਮਿਲਦਾ ਸੀ? ਪਹਿਲਾਂ ਮੈਂ ਭਾਅ ਜੀ ਆਹੀ ਕੰਮ ਜਿਹੜਾ ਤੁਹਾਡੇ ਨਾਲ ਗੱਲ ਕਰਦੇ ਪਏ। ਅੱਛਾ, ਹੁਣ ਹੁਣ ਸੋਚਿਆ ਵਿਚਾਰ ਦਾ ਕੰਮ ਕਰ ਲਈਏ? ਆਹੋ, ਇੱਕ ਬੰਦੇ ਵਾਲਾ ਕੰਮ ਕਰ ਲਈਏ, ਛੱਡੋ ਕਿ ਬੰਦੇ ਵਾਲਾ ਕੰਮ ਕਰ ਲਈਏ। ਮੈਂ ਵੀ ਮੇਰੇ ਬੇਟੇ ਕਹਿੰਦੇ ਵੀ ਤੇਰਾ ਬੇਟਾ ਵੱਡਾ ਹੋ ਗਈ ਬਣੂੰਗਾ, ਮੈਂ ਉਹਨੂੰ ਪੁੱਛ 10ਵੀਂ 'ਚ ਪੜ੍ਹਦਾ ਸੀ ਉਦੋਂ। ਅੱਛਾ ਜੀ। ਮੈਂ ਕਿਹਾ ਤੂੰ ਵੱਡਾ ਹੋ ਕੇ ਕੀ ਕਰਨਾ, ਕਲਾਕਾਰ ਬਣਨਾ, ਕੀ ਕਿੱਧਰ ਹੈਗਾ ਤੇਰਾ ਧਿਆਨ? ਕਹਿੰਦਾ ਨਹੀਂ, ਮੈਂ ਤਾਂ ਕੋਈ ਚੱਜ ਦਾ ਕੰਮ ਕਰੂੰਗਾ। ਬਿਲਕੁਲ ਸਹੀ ਗੱਲ ਹੈ, ਚੰਗੀ ਗੱਲ ਕਹੀ ਉਹਨੇ ਜੀ, ਚੰਗੀ ਗੱਲ। ਅੱਛਾ,
ਕੀ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ, ਜਿਵੇਂ ਮੈਂ ਕਿਹਾ ਟਵਿਸਟ ਦਾ ਦੱਸਤਾ ਸੀ ਉਹਨਾਂ ਨੇ, ਆਪਣੇ ਹਿਸਾਬ ਨਾਲ ਦੱਸਤਾ ਸੀ ਵੀ ਕਿਹੜਾ ਮੋੜ ਕਹਾਣੀ 'ਚ ਆਉਂਦਾ। ਹਾਂਜੀ ਹਾਂਜੀ, ਤੁਹਾਡੇ ਹਿਸਾਬ ਨਾਲ ਕਿਹੜਾ ਖਾਸ ਮੋੜ ਆ ਜਿਹਦੇ ਕਰਕੇ ਪੰਜਾਬੀ ਇੱਧਰ ਨੂੰ ਆਉਣਗੇ ਨਹੀਂ, ਮੈਂ ਕਹਿੰਦਾ ਆ ਰਹੇ ਨੇ ਸ਼ਿਕਾਗੋ 'ਚ ਜਾਣਾ? ਬੜੀ ਜ਼ੋਰਾਂ ਸ਼ੋਰਾਂ ਨਾਲ ਆ ਰਹੇ ਜੀ। ਭਾਅ ਜੀ, ਵੱਡੀ ਗੱਲ ਇਹ ਆ ਕਿ ਆਪਣੇ ਪੰਜਾਬੀਆਂ ਨੂੰ ਆਪਣਾ ਟੇਸਟ ਮਿਲਦਾ ਜੀ। ਸੋ ਅਦਰਕ ਦਾ, ਲਸਣ ਦਾ, ਹਰੀ ਮਿਰਚ ਦਾ ਟੇਸਟ ਆਪਣੇ ਪੀਜ਼ੇ ਦੇ ਵਿੱਚ ਮਿਲਦਾ ਅਤੇ ਵੱਖਰੇ ਵੱਖਰੇ ਫਲੇਵਰਾਂ 'ਚ ਮਿਲਦਾ। ਜਿੱਦਾਂ ਅੱਗੇ ਦੱਸਿਆ ਸਨੀ ਨੇ ਵੀ ਟਿੱਕਾ ਫਲੇਵਰ ਹੋਇਆ, ਤੰਦੂਰੀ ਫਲੇਵਰ ਹੋਇਆ, ਹੈ ਨਾ? ਸੋ ਆਪਣੇ ਕੋਲ 6-7 ਤਰ੍ਹਾਂ ਦੇ ਡਿਫਰੈਂਟ ਫਲੇਵਰ ਆ। ਸੋ ਲੋਕ ਇੰਜੋਏ ਕਰਦੇ ਆ ਸਾਰੇ ਆਪਣੇ ਵੱਖਰੇ ਵੱਖਰੇ ਫਲੇਵਰ ਅਤੇ ਆਪਣਾ ਬਾਕੀ ਹੋ ਰਿਹਾ ਜੀ ਵੀ ਜਿੰਨਾ ਕਿਸੇ ਨੇ ਕੋਈ ਕੌੜਾ ਕਰਨਾ, ਜਿੱਦਾਂ ਵੱਧ ਸਪਾਈਸੀ ਲੈਣਾ ਜਾਂ ਘੱਟ ਸਪਾਈਸੀ ਲੈਣਾ, ਉਹ ਕਰ ਦਿੰਦੇ। ਸੋ ਉਹ ਸਾਰੀ ਆਪਸ਼ਨ ਆਪਣੇ ਕੋਲ। ਅੱਛਾ, ਮੈਂ ਜਿਹੜੀ ਗੱਲ ਮੈਂ ਸੁਣੀ ਹੈ, ਦੇਖੀ ਹੈ ਤੁਹਾਡੇ ਮਡਸਟ ਵਾਲੀ ਲੋਕੇਸ਼ਨ 'ਤੇ। ਹਾਂਜੀ ਹਾਂਜੀ, ਅਤੇ ਉਹ ਤੁਸੀਂ ਪੀਜ਼ੇ ਦੇ ਆਟੇ ਵਿੱਚ ਆਂਡਾ ਨਹੀਂ ਪਾਉਂਦੇ, ਨੋਨ ਜਿਹੜਾ ਵੈਜੀਟੇਰੀਅਨ? ਬਿਲਕੁਲ ਜੀ ਬਿਲਕੁਲ। ਉਹਦਾ ਕੋਈ ਜਿਹੜੇ 'ਚ ਪਾਉਂਦੇ ਆ, ਮੰਨ ਲਓ ਨੋਨ ਵੈਜ ਦੇ ਵਿੱਚ ਆਂਡਾ ਪਾਉਣਾ ਪੈਂਦਾ ਜਾਂ ਪਾਉਂਦੇ ਆ? ਹਾਂਜੀ ਹਾਂਜੀ, ਇਹਦੇ 'ਚ ਨਹੀਂ ਪਾਉਂਦੇ, ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ? ਨਹੀਂ, ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਹੈਗਾ। ਐਕਚੁਅਲੀ ਸਾਡਾ ਸਪੈਸ਼ਲ, ਅਸੀਂ ਜਿਹੜਾ ਆਟਾ ਯੂਜ਼ ਕਰਦੇ ਹਾਂ, ਜਿਹੜੀਆਂ ਕਾਫੀ ਪਲੇਸਿਸ ਉਹ ਜਿਹੜਾ ਆਟਾ ਯੂਜ਼ ਕਰਦੇ ਉਹ 'ਚ ਆਲਰੇਡੀ ਪ੍ਰੀ ਪਾਇਆ ਹੁੰਦਾ ਆਂਡਾ, ਅਤੇ ਸਾਡੀ ਜਿਹੜੀ ਅਸੀਂ ਪ੍ਰੋਡਕਟ ਵਰਤਦੇ ਹਾਂ ਆਟੇ ਵਾਲਾ, ਸੋ ਉਹਦੇ ਵਿੱਚ ਆਂਡਾ ਨਹੀਂ ਹੁੰਦਾ ਭਾਅ ਜੀ। ਤੁਸੀਂ ਇਹ ਲੋਕੇਸ਼ਨ ਨਵੀਂ ਸ਼ੁਰੂ ਕਰ ਰਹੇ ਹੋ, ਪਿੰਡ ਦਾ ਆਲ ਦਾ ਬੈਸਟ, ਬਹੁਤ ਬਹੁਤ ਸ਼ੁਭਕਾਮਨਾਵਾਂ, ਪਰਮਾਤਮਾ ਚਾਹੀਦਾ ਬਖਸ਼ੇ ਅਤੇ ਕਾਮਯਾਬੀਆਂ ਬਖਸ਼ੇ। ਅਤੇ ਕਿਆ ਸੋਚ ਕਰ ਆਏ ਪੀਜ਼ਾ ਕੇ ਬਿਜ਼ਨਸ ਮੇ? ਇਹ ਵੀ ਲੋਕਾਂ ਨੂੰ ਚੰਗਾ ਪ੍ਰੋਡਕਟ ਕਰਵਾਉਣਾ, ਠੀਕ ਹੈ ਨਹੀਂ, ਪੈਸਾ ਵੀ ਵਧੀਆ ਕਮਾਓਗੇ? ਨਹੀਂ, ਪੈਸਾ ਤਾਂ ਚਲੋ ਫਿਰ ਜੇ ਕੋਈ ਕੰਮ ਕਰਨਾ ਬੰਦਾ ਵਿੱਚ ਕੰਮ ਕਰਾਂਗੇ ਤਾਂ ਕਮਾਵਾਂਗੇ ਜੀ। ਆਉਂਦੇ ਆਉਂਦੇ ਬਿਲਕੁਲ। ਅੱਛਾ ਤੇਜੀ ਭਾਅ ਜੀ, ਹਾਂਜੀ ਭਾਅ ਜੀ, ਜਿਵੇਂ ਇਹਨਾਂ ਨੂੰ ਗਾਉਣ ਦੀ ਸ਼ਿਕਾਇਤ ਹੈ, ਤੁਹਾਨੂੰ ਫਿਲਮਾਂ ਫੁਲਮਾਂ ਬਣਾਉਣ ਦੀ ਕਾਫੀ ਸ਼ਿਕਾਇਤ ਰਹਿੰਦੀ ਸੀ, ਉੱਧਰ ਹੁਣ ਸ਼ੌਕ ਚੱਲਦਾ ਹੈ ਜਾਂ ਬੰਦ ਹੈ? ਨਹੀਂ, ਮੈਂ ਵੀਡੀਓਗ੍ਰਾਫੀ ਦਾ ਕੰਮ ਪਹਿਲਾਂ ਕਰਦਾ ਹੁੰਦਾ ਸੀਗਾ, ਸੋ ਹੁਣ ਤਾਂ ਭਾਅ ਜੀ ਹੁਣਾਂ ਨੇ ਬਿਜ਼ੀ ਇੰਨੇ ਕਰ ਦਿੱਤੇ, ਹਰਪ੍ਰੀਤ ਭਾਅ ਜੀ ਹੁਣਾਂ ਨੇ, ਸੋ ਇੱਕ ਮੈਨੂੰ ਇਹਨਾਂ ਨੇ ਹੋਰ ਨਾਲ ਲੱਗਦੀ ਜਿੱਦਾਂ ਜ਼ਿੰਮੇਵਾਰੀ ਦੇਤੀ, ਜਿੱਦਾਂ ਮੋਡੈਸਟੋ ਟੂ ਬੇਕਰਸ ਫੀਲਡ ਸਾਰੇ ਜਿੰਨੇ ਸਟੋਰ ਖੁੱਲ ਰਹੇ ਆ, ਸੋ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ, ਸੋ ਇਹਨਾਂ ਨੇ ਹੁਣ ਬਿਜ਼ੀ ਇੰਨਾ ਕਰ ਦਿੱਤਾ ਵੀ ਹੋਰ ਕੋਈ ਕੰਮ ਜਿਹੜਾ ਔਖਾ ਹੋ ਗਿਆ ਕਰਨਾ। ਜੇ ਮੈਂ ਸ਼ਿਕਾਗੋ ਪੀਜ਼ਾ ਨਾਲ ਅਟੈਚ ਹੁੰਦਾ ਤਾਂ ਮੈਨੂੰ ਵੀ ਛੱਡਣਾ ਪਊ ਫਿਰ? ਆਫਕੋਰਸ ਹੋ ਸਕਦਾ ਹੈ, ਹੋ ਸਕਦਾ ਭਾਅ ਜੀ ਫਿਰ, ਕਿਉਂਕਿ ਪੀਜ਼ੇ ਦਾ ਆਟੇ 'ਚ ਨਹੀਂ ਵੇਲ ਮਿਲਦਾ। ਨਹੀਂ ਨਹੀਂ, ਫਿਰ ਮੈਂ ਵੀ ਇੱਦਾਂ ਜਦੋਂ ਕਿਤੇ ਮੇਰੀ ਕਿਤੇ ਲੋਕੇਸ਼ਨ ਹੋਊਗੀ ਤਾਂ ਮੈਂ ਵੀ ਬੈਠ ਕੇ ਇੱਥੇ ਬੈਠਾ ਹੋਊਗਾ ਤਾਂ ਇੱਥੇ ਐਂਕਰ ਹੋਰ ਹੋਊਗਾ। ਬਿਲਕੁਲ, ਕਿਹੜਾ ਸੁਣਾਓ ਜੀ ਤੁਸੀਂ ਕਰਦੇ ਰਹੇ ਹੁਣ ਤੱਕ? ਅੱਛਾ, ਤੁਸੀਂ ਇਹੀ ਕੰਮ ਕਰਦੇ ਚੰਗੇ ਆ, ਅਤੇ ਚਲੋ ਜੋ ਪਰਮਾਤਮਾ ਨੇ ਜਿਹਦੀ ਜੋ ਡਿਊਟੀ ਲਾਈ ਹੈ, ਜਿੱਦਾਂ ਨੂੰ ਰਿਮੋਟ ਕਮਾਉਣਾ ਉੱਧਰ ਹੋ ਜਾਂਦਾ। ਇਹ ਤਾਂ ਹੈ, ਬਾਕੀ ਸ਼ੁਰੂ ਤੋਂ ਸ਼ੌਕ ਸੀ ਵੀਡੀਓਗ੍ਰਾਫੀ ਦਾ? ਨਹੀਂ, ਇੱਥੇ ਹੀ ਬਸ ਕੰਮਾਂ ਕਾਰਾਂ ਦੇ ਵਿੱਚ ਹੀ ਭਾਅ ਜੀ। ਇੱਕ ਵਾਰੀ ਮੁੰਡਾ ਮੇਰਾ ਦੋਸਤ ਉਹ ਕਰਦਾ ਹੁੰਦਾ ਸੀ ਕੰਮ, ਅੱਛਾ, ਸੋ ਉਹਦੇ ਨਾਲ ਹੀ ਮੈਂ ਸ਼ੁਰੂ ਕਰ ਲਿਆ। ਸੋ ਇਹਦਾ ਪਹਿਲੇ ਵਿਆਹਾਂ ਦੇ ਵਿੱਚ ਹੁੰਦਾ ਸੀ ਨਾ, ਜਦੋਂ ਪੰਜਾਬ ਦੀ ਗੱਲ ਕਰੀਏ ਤੇ ਵਿਆਹਾਂ ਦਾ ਰਸ਼ ਵੱਧ ਜਾਂਦਾ ਸੀ ਦਸੰਬਰ ਦੇ ਵਿੱਚ, ਮੁੰਡੇ ਘੱਟ ਜਾਂਦੇ ਸੀ, ਫਿਰ ਉਹਨੂੰ ਚੱਲ ਚੱਲ ਤੂੰ ਕੋਈ ਨੀ ਲੈ ਨੀ ਪੈਸੇ ਲੈਣ, ਤੂੰ ਵੀ ਚੱਲ ਜਾ, ਤੂੰ ਵੀ ਚੱਲ ਜਾ, ਫਿਰ ਉਹ ਕਈ ਵਾਰੀ ਮੂਵੀ ਏਦਾਂ ਬਣਾਉਂਦੇ ਸੀ, ਉਹ ਧਿਆਨ ਹੋਰ ਪਾਸੇ ਹੁੰਦਾ ਸੀ ਤੇ ਮੂਵੀਆਂ ਹੋਰ ਪਾਸੇ ਬਣ ਜਾਂਦੇ। ਫਿਰ ਪਤਾ ਲੱਗਦਾ, ਫਿਰ ਬੰਦਾ ਸੈਂਡਲਾਂ ਤੇ ਪਛਾਣਦਾ, ਭੂਆ ਕਹਿੰਦੀ ਆਹ ਮੇਰੇ ਸੈਂਡਲ ਸੀ ਟੁੱਟੇ ਹੋਏ ਸਾਈਡ ਤੋਂ, ਇਹ ਮੇਰੇ ਸੈਂਡਲ ਹੈ। ਤੇ ਖੈਰ ਉਹ ਨਹੀਂ, ਅੱਜ ਕੱਲ੍ਹ ਬਹੁਤ ਡਿਜੀਟਲ ਜ਼ਮਾਨਾ ਆ ਗਿਆ ਬਹੁਤ ਜ਼ਿਆਦਾ, ਅੱਜ ਕੱਲ੍ਹ ਤਾਂ ਜਿਹੜੀ ਕਿ ਵਿਆਹਾਂ ਦੀ ਵੀ ਵੀਡੀਓ ਬਣਦੀ ਹੈ ਉਹ ਵੀ ਇੱਕ ਵੱਡੀ ਫਿਲਮ ਦੇ ਬਰਾਬਰ ਉਹਦਾ ਕੰਮ ਹੁੰਦਾ। ਤੇ ਅੱਛਾ, ਸ਼ਿਕਾਗੋ ਪੀਜ਼ਾ ਦੀ ਫਿਰ ਆਪਾਂ ਗੱਲ ਕਰੀਏ ਵਿਦ ਟਵਿਸਟ। ਹਾਂਜੀ ਹਾਂਜੀ, ਤੇ ਜਿੰਨੀਆਂ ਲੋਕੇਸ਼ਨਸ ਨੇ ਸਾਰੀਆਂ ਵਿਦ ਟਵਿਸਟ ਵਾਲੀਆਂ ਹੈਗੀਆਂ? ਹਾਂਜੀ ਹਾਂਜੀ, ਇਹ ਸਾਡਾ ਜਿੱਦਾਂ ਕਹਿ ਲਓ ਕਿ ਜਿਹੜਾ ਬਿਜ਼ਨਸ ਦਾ ਨਾਂ ਹੀ ਇਹੋ ਆ, ਸ਼ਿਕਾਗੋ ਪੀਜ਼ਾ ਵਿਦ ਟਵਿਸਟ। ਸੋ ਇਹੋ ਜਿਹੜਾ ਵਿਦ ਟਵਿਸਟ ਸਾਨੂੰ ਬਾਕੀ ਸ਼ਿਕਾਗੋ ਪੀਜ਼ੇ ਨੂੰ ਅਲੱਗ ਕਰਦਾ ਹੈ। ਇੱਕ ਇਹਦੇ ਚ ਜਿਹੜਾ ਟੈਕਨੀਕਲ ਪੁਆਇੰਟ, ਜਦੋਂ ਅਸੀਂ ਗੱਲ ਕਰਦੇ ਕਿ ਜਦੋਂ ਮੈਡਸਟੋ ਤੁਹਾਡੇ ਲੋਕੇਸ਼ਨ ਤੇ ਕੀਤਾ ਸੀ ਤਾਂ ਉਦੋਂ ਸਾਡੇ ਦੋਸਤ ਮਿੱਤਰਾਂ ਨੇ ਆਉਣਾ ਸੀ, ਅਸੀਂ ਕਿ ਸ਼ਿਕਾਗੋ ਪੀਜ਼ਾ ਚੱਲੇ, ਸ਼ਿਕਾਗੋ ਪੀਜ਼ਾ। ਹਾਂਜੀ ਹਾਂਜੀ, ਠੀਕ ਹੈ, ਉਹ ਸ਼ਿਕਾਗੋ ਪੀਜ਼ਾ ਪਾਇਆ ਗੂਗਲ ਤੇ। ਹਾਂਜੀ ਹਾਂਜੀ, ਉਹ ਕਹਿੰਦੇ ਲੋਕੇਸ਼ਨ ਨਹੀਂ ਆ ਰਹੀ, ਫਿਰ ਉਹਨਾਂ ਨੂੰ ਦੱਸੇ ਵਿਦ ਟਵਿਸਟ ਪਾਓ। ਹਾਂਜੀ ਹਾਂਜੀ, ਜਿਹਨਾਂ ਨੇ ਆਉਣਾ ਹੈ ਭਾਜੀ ਆਨਲਾਈਨ ਵੀ ਕਰਦੇ ਆਰਡਰ ਤੁਸੀਂ ਕਿਧਰ? ਹਾਂਜੀ ਹਾਂਜੀ, ਆਪਣੇ ਕੋਲ ਆਨਲਾਈਨ ਸਾਰਾ ਕੁਝ ਹੈਗਾ, ਆਪਣੀਆਂ ਐਪਸ ਹੈਗੀਆਂ ਤੇ ਡਾਊਨਲੋਡ ਕਰੋ। ਅੱਜ ਕੱਲ ਆਨਲਾਈਨ ਤੁਸੀਂ ਸਾਡੀ ਵੈਬਸਾਈਟ ਤੇ ਜਾਓ, ਉੱਥੋਂ ਤੁਸੀਂ ਆਰਡਰ ਕਰ ਸਕਦੇ ਆ। ਸਾਰਾ ਕੁਝ ਆਨਲਾਈਨ ਹੋ ਗਿਆ ਜੀ। ਹਾਂਜੀ ਹਾਂਜੀ, ਹੋਰ ਕੀ, ਵਿਆਹ ਵੀ ਆਨਲਾਈਨ ਹੋਣ ਲੱਗ ਪਏ, ਤਲਾਕ ਵੀ ਆਨਲਾਈਨ ਹੋ ਜਾਂਦੇ ਆ, ਕੰਮ ਨਿਬੜ ਜਾਂਦਾ ਹੈ ਹੌਲੀ ਹੌਲੀ। ਹੁਣ ਤਾਂ ਜਿਹੜੀ ਚੀਜ਼ ਭੇਜਣੀ ਹੈ ਇੰਡੀਆ ਤੋਂ ਵਟਸਐਪ ਤੇ ਭੇਜ ਦੋ, ਵਟਸਐਪ ਤੇ ਹੌਲੀ ਹੌਲੀ ਬੰਦੇ ਸੈਂਡ ਹੋਣ ਲੱਗ ਪੈਣੇ। ਹੁਣ ਪਤਾ ਲੱਗਣਾ ਅੱਧਾ ਬੰਦਾ ਹਜੇ ਆਇਆ ਤੇ ਦੋ ਇੰਟਰਨੈਟ ਮੁੱਕ ਗਏ, ਪੈਕ ਮੁੱਕ ਗਿਆ, ਬਾਪੂ ਜੀ ਉੱਧਰ ਹੀ ਰਹਿ ਗਏ। ਚਲੋ ਖੈਰ, ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਰਜੇਸ਼ ਜੀ, ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ ਮੇਰੇ ਖਿਆਲ ਨਵੀਂ ਲੋਕੇਸ਼ਨ 'ਤੇ।
ਜੀ ਭਾਅ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਫਿਰ ਮੈਸੇਜ ਦੱਸਣ ਦੀ ਲੋੜ ਨਹੀਂ, ਇੱਕ ਵਾਰੀ ਦੱਸਿਆ ਸਾਰਿਆਂ ਨੂੰ ਪਤਾ ਹੀ ਹੈ ਫਰਿਜਨੋ ਦੇ ਵਿੱਚੋਂ ਅਸੀਂ ਸਾਡਾ ਕੈਲੀਫੋਰਨੀਆ ਟੂਰ ਜਿਹੜਾ ਚੱਲ ਰਿਹਾ ਹੌਲੀ 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 ਅਗਲੇ ਪੜਾਅ ਵੱਲ ਵੱਧਦਾ ਹੋਇਆ, ਅੱਜ ਫਰਿਜਨੋ ਦੇ ਵਿੱਚ ਪ੍ਰੋਗਰਾਮ ਹੈਗਾ ਅਤੇ ਕੱਲ੍ਹ ਨੂੰ ਜਿਹੜਾ ਦਿਨ ਵਾਲਾ ਪ੍ਰੋਗਰਾਮ 3 ਵਜੇ ਵਾਲਾ ਉਹ ਪ੍ਰਾਈਮ ਟਰੈਕਿੰਗ ਜਿਹੜਾ ਬਿੱਕਰ ਬਾਦਸ਼ਾਹ ਨੇ ਕਰਨਾ ਉਹ ਪ੍ਰਾਈਮ ਟਰੈਕਿੰਗ ਦੇ ਆ ਅਤੇ ਰਾਤ ਵਾਲਾ ਜਿਹੜਾ ਪ੍ਰੋਗਰਾਮ ਉਹ ਬੇਕਰ ਫੀਲਡ ਤੋਂ ਆਹ ਜਿਹੜਾ 7 ਤੋਂ 8 ਹੁੰਦਾ ਬੇਕਰ ਫੀਲਡ ਤੋਂ ਸਪਾਈਸ ਲੈਂਡ ਸਬਜ਼ੀ ਮੰਡੀ ਉੱਥੇ ਰਣਜੀਤ ਸਿੰਘ ਹੈਗੇ ਨੇ ਉਹਨਾਂ ਤੋਂ ਲਾਈਵ ਕਰਾਂਗੇ, ਪਰਸੋਂ ਦਾ ਸੁੱਖੀ ਘੁੰਮਣ ਹੋਣ ਦਾ। ਇਸੇ ਤਰ੍ਹਾਂ ਅਗਲਾ ਪੜਾਅ ਫਿਰ ਐਲੇ ਦੇ ਵਿੱਚ ਹੋਏਗਾ ਅਤੇ ਐਲੇ ਤੋਂ ਬਾਅਦ ਸਾਡੀ ਹੋਏਗੀ ਵਾਪਸੀ। ਫਿਲਹਾਲ ਇੱਥੇ ਆਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ, ਘਰਾਂ 'ਚ ਬੈਠੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।